ਪੰਜਾਬ ਤੋਂ ਬਹੁਤ ਵੱਡੀ ਖਬਰ ਆ ਰਹੀ ਆ ਸੀਐਮ ਭਗਵੰਤ ਮਾਨ ਜੀ ਜਿਹੜੇ ਹੈਗੇ ਆ ਉਹਨਾਂ ਨੇ ਉਹ క్రికెਟਰ ਨੂੰ ਲੈ ਆਂਦਾ ਆ ਸਾਹਮਣੇ ਜਿਨੇ ਕੀ 2 ਕਰੋੜ ਜਿਹੜਾ ਮੰਗਨ ਦਾ ਜਿਹੜਾ ਉਹਦੇ ਕੋਲੋਂ ਦਾਵਾ ਕੀਤਾ ਸੀਗਾ ਜਦੋਂ ਸੀਐਮ ਜਿਹੜੇ ਚਰਨਜੀਤ ਸਿੰਘ ਚੰਨੀ ਜੀ ਸੀਗੇ ਸੋ ਮਾਨ ਨੇ ਕਿਹਾ ਆ ਕਿ ਪੂਰਬ ਸੀਐਮ ਦੇ ਭਤੀਜੇ ਜਸ਼ਨ ਨੇ ਮੰਗੇ ਨੌਕਰੀ ਦੇ ਬਦਲੇ ਪੈਸੇ ਤੇ ਚੰਨੀ ਜਿਹੜੇ ਆਹੋ 4 ਵਜੇ ਹੁਣ ਜਵਾਬ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਆ ਤੇ ਸੂਬੇ ਦੇ ਪੂਰਬ ਸੀਐਮ ਚਰਨਜੀਤ ਚੰਨੀ ਦੇ ਵਿੱਚ ਇੱਕ ਕ੍ਰਿਕਟਰ ਦੇ ਨੌਕਰੀ ਦੇ ਬਦਲੇ ਜਿਹੜਾ 2 ਕਰੋੜ ਰੁਪਏ ਮੰਗੇ ਜਾਣ ਦੇ ਮੁੱਦੇ ਦੇ ਉੱਤੇ ਚિલ ਰਹੀ ਜਵਾਨੀ ਜੰਗ ਜਿਹੜੀ ਹੋ ਰੋਚਕ ਮੋੜ ਤੇ ਪਹੁੰਚ ਗਈ ਆ ਮੁੱਖ ਮੰਤਰੀ ਮਾਨ ਨੇ ਬੁੱਧਵਾਰ ਨੂੰ ਆਪਣੇ ਵਾਅਦੇ ਦੇ ਮੁਤਾਬਕ ਜਿਸ ਇੰਦਰ ਸਿੰਘ ਨਾਮਕ ਕ੍ਰਿਕਟਰ ਨੂੰ ਲੈ ਕੇ ਮਤਲਬ ਕਿ ਜਿਹਦੇ ਤੋਂ ਪੈਸੇ ਮੰਗੇ ਗਏ ਸੀ ਉਹਨੂੰ ਜਿਹੜਾ ਉਹ ਮੀਡੀਆ ਦੇ ਸਾਹਮਣੇ ਲੈ ਆਇਆ ਪਲੀਜ਼ ਜਾ ਕੇ ਚੈੱਕ ਜ਼ਰੂਰ ਕਰਿਓ ਇਹ ਸਾਰੀ ਜਿਹੜੀ ਉਹ ਪ੍ਰੈਸ ਕਾਨਫਰੰਸ ਹੋਈ ਆ ਤੇ ਇਸ ਦੌਰਾਨ ਉਹਨਾਂ ਦੇ ਪਿਤਾ ਜੀ ਮਨਜਿੰਦਰ ਸਿੰਘ ਵੀ ਜਿਹੜੇ ਉਹ ਮੌਜੂਦ ਸਿਗੇ ਸੋ ਚੰਨੀ ਦੇ ਨਾਲ ਮੁਲਾਕਾਤ ਜਿਹੜੀ ਹੋਈ ਆ ਉਹਦੀ ਫੋਟੋ ਵੀ ਦਿਖਾਈ ਕ੍ਰਿਕਟਰ ਦੇ ਪਿਤਾ ਨੇ ਕਿਹਾ ਆ ਕਿ 10 ਮਿੰਟ ਮੁਲਾਕਾਤ ਹੋਈ ਤੇ ਜਿਹੜੇ ਉਦੋਂ ਚੰਨੀ ਜਿਹੜੇ ਆ ਉਹਨਾਂ ਦੇ ਨਾਲ ਤਤਕਾਲੀਨ ਡਿਪਟੀ ਸੀਐਮ ਓਪੀ ਸੋਨੀ ਤੇ ਪੂਰਵ ਮੰਤਰੀ ਬਲਵੀਰ ਸਿੱਧੂ ਵੀ ਸਿਗੇ ਸੋ ਹੁਣ ਦੇਖੋ ਕੀ ਹੁੰਦਾ ਆ ਤੇ ਪਿਤਾ ਨੇ ਇੱਕ ਗੱਲ ਇਹ ਵੀ ਕਹੀ ਆ ਕਿ ਚੰਨੀ ਨੇ ਸਾਰਿਆਂ ਦੇ ਸਾਹਮਣੇ ਜੜਾ ਉਹਨਾਂ ਨੂੰ ਜਲੀਲ ਕੀਤਾ ਸੋ ਵੀਰੋ ਇਹ ਵੀ ਗੱਲ ਉਹ ਸਾਹਮਣੇ ਆਈ ਆ ਕਿ ਸਾਰੇ ਜਿਹੜੇ ਡਾਕੂਮੈਂਟਸ ਉਸ ਲੜਕੇ ਦੇ ਪੂਰੇ ਸੀਗੇ ਨੌਕਰੀ ਦੇ ਲਈ ਅਫਸਰਾਂ ਨੇ ਕਿਹਾ ਵੀ ਕਿ ਸੀਗਾ ਕਿ ਇਹ ਅਲਰਜੀ ਵਾਲਾ ਲੜਕਾ ਲੇਕਿਨ ਫਿਰ ਵੀ ਉਹਨੂੰ ਜੜੀ ਉਹ ਨੌਕਰੀ ਨਹੀਂ ਮਿਲ ਪਾਈ ਸੋ ਮੁੱਦਾ ਇਹ ਆ ਕਿ ਜਿਹੜੇ ਪੋਲੀਟੀਸ਼ੀਅਨ ਸਭ ਤਾਂ ਆਉਂਦੇ ਜਾਂਦੇ ਰਹਿਣਗੇ ਲੇਕਿਨ ਆਮ ਬੰਦਾ ਜਿਹੜਾ ਉਹ ਪਿਸ ਰਿਹਾ ਆ ਜੋ ਕਿ ਨਹੀਂ ਹੋਣਾ ਚਾਹੀਦਾ ਸੋ ਬਾਕੀ ਤੁਸੀਂ ਆਪੇ ਜਾ ਕੇ ਖਬਰ ਚੈੱਕ ਕਰਿਓ ਕੌਣ ਸਹੀ ਆ ਕੌਣ ਗਲਤ ਤੁਸੀਂ ਖੁਦ ਜੜਾ ਉਹ ਡਿਸਾਈਡ ਕਰਿਓ ਲੇਕਿਨ ਖਬਰ ਜਿਹੜੀ ਆ ਉਹ ਚੈੱਕ ਜ਼ਰੂਰ ਕਰਿਓ